ਆਲਾ ਪੰਜਾਬ ਸਾਡਾ ਪੰਜਾਬ ਜੀਰੇ ਆਲਾ ਪੰਜਾਬ ਕਟਾ ਕਰਨਾ ਚੋ ਜ਼ੀਰੇ ਆਲਾ ਪੰਜਾਬ ਪੰਜਾਬ ਸਾਡਾ ਪੰਜਾਬ ਜੀਰੇ ਆਲਾ ਪੰਜਾਬ ਸਾਡਾ ਪੰਜਾਬ 1974 ਦੇ ਵਿੱਚ ਸਾਡਾ ਪਹਿਲਾ ਪਿੰਡ ਬੂਣ ਫਾਜ਼ਲ ਦਰਜਾ ਦੀ ਨਜ਼ਰ ਹੋ ਗਿਆ ਸੀ ਅਸੀਂ ਸਾਡੇ ਵਡੇਰਿਆਂ ਨੇ ਆਪਣਾ ਪਿੰਡ ਬਾਉਂਡਰੀ ਦੇ ਉੱਤੇ ਫਿਰ ਦੁਬਾਰਾ ਆਬਾਦ ਕੀਤਾ 2014 ਦਾ ਜਿਹੜਾ ਸਲਾਬ ਆਇਆ ਉਹਦੇ ਕਟਾਓ ਦੀ وجہ ਨਾਲ ਜਿਹੜੇ ਮਮਨਦ ਖਾਂ ਭੱਟੀ ਨੇ ਮੰਡੀ ਬੌਲ ਦੀ ਇਨਸਾਈਡ ਪਰ ਨਾਕੂ ਲਗਾਇਆ ਉਹਦੇ ਉਸ ਉਹਨਾਂ ਦੀ وجہ ਨਾਲ ਕਟਾਓ ਸ਼ੁਰੂ ਹੋਇਆ ਅਸੀਂ ਗਵਰਨਮੈਂਟ ਨੂੰ ਦਰਖਾਸਤ ਦਿੱਤੀ ਕਿ ਇਹ ਕਟਾਓ ਦੀ وجہ ਨਾਲ ਸਾਡਾ ਪਿੰਡ ਫਿਰ ਦੁਬਾਰਾ ਦਰਿਆ ਬਰਦ ਹੋ ਜਾਏਗਾ ਉਹਦੇ ਤੇ ਆਪਣਾ ਮਾਡਲ ਸਟੱਡੀ ਬਣੀ ਮਾਡਲ ਸਟੱਡੀ ਵਿੱਚ ਆਪਣਾ ਉਹ ਪਾਸ ਹੋਈ 18 ਵਿੱਚ ਬਾਅਦ ਵਿੱਚ ਇਮਰਾਨ ਖਾਂ ਦੌਰੇ ਚ ਕੈਨਸਲ ਕਰ ਦਿੱਤੀ ਗਈ ਹੁਣ ਅਸੀਂ ਦੁਬਾਰਾ ਫਿਰ ਦਰਖਾਸਤ ਦਿੱਤੀ ਜਿੰਦੇ ਉੱਤੇ ਸਟੱਡ ਪਾਸ ਹੋਰ ਜਿਨ੍ਹਾਂ ਵਾਸਤੇ ਸਾਨੂੰ ਫੰਡ ਨਹੀਂ ਮਿਲ ਰਿਹਾ ਹੁਣ ਦਰਿਆ ਸਾਡਾ ਬਿਲਕੁਲ ਪਿੰਡ ਦੇ ਕਰੀਬ ਆ ਚੁੱਕਾ ਹੈ ਰਕਵੇ ਸਾਡੇ ਦਰਿਆ ਬਰਧ ਹੋ ਗਏ ਨੇ ਤੇ ਸਾਨੂੰ ਮਿਹਰਬਾਨੀ ਕਰਕੇ ਗਵਰਨਮੈਂਟ ਫੰਡ ਦੇਵੇ ਸਾਡੀ ਮਦਦ ਕੋਈ ਆਪਣਾ ਸਾਡਾ ਨੁਮਾਇੰਦਾ ਵੀ ਨਹੀਂ ਕਰ ਰਿਹਾ ਨਾ ਉਹ ਜਾ ਕੇ ਫੰਡ ਮੰਗ ਰਿਹਾ ਨਾ ਸਾਨੂੰ ਫੰਡ ਮਿਲ ਰਿਹਾ ਸਾਡਾ ਪਿੰਡ ਦਰਿਆ ਬਰਧ ਹੋ ਜਾਣ ਮਿਹਰਬਾਨੀ ਕਰਕੇ ਸਾਡਾ ਇਸ ਮਸਲੇ ਨੂੰ ਹਾਈਲਾਈਟ ਕਰੋ ਨਹੀਂ ਹਮੇ ਸਿਰਫ ਆਪਣੀ ਛੱਤ ਦਾ ਮਸਲਾ ਹੈ हमारी ज़मीनें तो गई लेकिन किसी तरीके कोई फरिश्ता आकर हमारी छत बचा दे बा चौधरी मेहरबानी करके साडा सा डर कोई साडा साड़ी नहीं कोई डट्टा नहीं सहरा अफजल भी वोट दिते ने इन्ह चौधरी सुदुल्ले राय भी दिते ने कोई साडा साई गोई नहीं बनया असी तरले मिनत कर कर करके जुत्तियाँ त्रोट गई बनाते मगर साडा कोई साई नहीं बनया मियाँ शायद भी साढ़े आलो नहीं तकता पा आज दे, दे, दे। ਰੱਬ ਤੋਂ ਮਨੇ ਸਾਡਾ ਕੋਈ ਵਸੀਲਾ ਨਹੀਂ ਮਿਹਰਬਾਨੀ ਕਰ ਜਾਓ ਅੱਲਾਹ ਵਾਸਤੇ ਵਾਲੀ ਅਪੀਲ ਹੈ ਸਾਡੀ ਜੇ ਕੋਈ ਰੱਬ ਸੁਣ ਲਵੇ ਤੇ ਅਸਲਾਮੁਅਲੈਕਮ ਜਨਾਬ ਮਿਹਰਬਾਨੀ ਕਰਕੇ ਸਾਡਾ ਪਿੰਡ ਜਿਹੜਾ ਹੈ ਨਾ ਉਹ ਦਰਿਆ ਦੇ ਕਿਨਾਰੇ ਤੇ ਪਹੁੰਚ ਗਿਆ ਔਰ ਬੜੀ ਢਾਹ ਲੱਗੀ ਹੈ ਤੇ ਸਾਡਾ ਰਕਬਾ ਸਾਰਾ ਦਰਿਆ ਚ ਆ ਗਿਆ ਸਾਡਾ ਪਿੰਡ ਵੀ ਡੰਦਾ ਪਿਆ ਹੈ ਤੇ ਸਾਡੇ ਤੇ ਕੋਈ ਮਿਹਰਬਾਨੀ ਕੀਤੀ ਜਾਏ ਸਾਡਾ ਜਿਹੜਾ ਨਾਕੂ ਵਗੈਰਾ ਕੋਈ ਨਾ ਬਣਾਇਆ ਜਾਣ ਬਸੇ ਸਾਡਾ ਪਿੰਡ ਵੱਜ ਜਾਏ ਔਰ ਅਸੀਂ ਆਪਣੇ ਇੱਥੋਂ ਦਾ ਸਾਡੇ ਕੋਈ ਗੁੰਜਾਇਸ਼ ਨਹੀਂ ਕੋਈ ਜਗ੍ਹਾ ਨਹੀਂ ਇੱਕ ਮਰਲਾ ਨਹੀਂ ਜਿੱਥੇ ਜਾ ਕੇ ਸੀ ਆਪਣਾ ਪਿੰਡ ਬਣਾ ਲੀਏ ਔਰ ਜਾ ਕੇ ਰਿਆਸ਼ ਬਣਾ ਲੀਏ ਔਰ ਨਾ ਹੀ ਰਿਆਸ਼ ਸਾਡੇ ਕੋਲ ਬਣਦੀ ਨਾ ਸਾਡੇ ਕੋਲ ਆਗਸ ਨਾ ਤਾਕਤ ਹੈ ਅਜਿਤਨੇ ਮਾੜੇ ਬੰਦੇ ਹੋ ਗਏ ਆ ਔਰ ਜਾ ਕੇ ਆ ਕੇ ਸਾਡਾ ਮੁਖਿਆ ਤੇ ਹਾਲ ਵੇਖਣ ਸਾਡੇ ਘਰ ਪੈਟ ਗਿਰਦੇ ਨੇ ਕੋਈ ਸਾਡੇ ਹਲਾਇਆ ਨਹੀਂ ਕੋਈ ਗਿਆ ਨਹੀਂ ਕੋਈ ਰੱਬ ਤੋਂ ਮਣੇ ਸਾਡਾ ਵਸੀਲਾ ਨਹੀਂ ਵੋਟ ਲੈਂਡ ਸਾਰੇ ਜਿੰਨੇ ਚੌਧਰੀ ਸਾਡੇ ਕੋਲ ਆ ਜਾਂਦੇ ਮੀਆਂ ਸ਼ਹਿਦ ਆ ਜਾਂਦਾ ਅਸਦੁੱਲਾ ਰਾਈ ਆ ਜਾਂਦਾ ਮੈਂਦਨ ਕੇ ਆ ਜਾਂਦੇ ਨੇ ਕੋਈ ਸਾਡਾ ਵਾਲੀ ਵਾਰੋ ਸੀ ਅੱਜ ਨਹੀਂ ਇਹ ਵੇਖੋ ਭਾਈ ਸਾਡੇ ਮਹਤਰਮ ਅਜ਼ੀਜ਼ੋ ਵੇਖੋ ਜਨਾਬ ਸਾਡਾ ਕਿਤਨਾ ਨੁਕਸਾਨ ਹੋ ਰਿਹਾ ਹੈ ਸਾਡੇ ਉਤੇ ਕੋਈ ਵੀ ਭਾਈ ਰਹਿਮ ਨਹੀਂ ਕਰ ਰਿਹਾ ਵੇਖੋ ਸਾਡੇ ਸਿਆਸੀ ਲੋਕ ਨੇ ਜੋ ਵੇਖੋ ਵੋਟ ਲਾਈਨ ਤੇ ਸਾਰੇ ਆ ਜਾਂਦੇ ਨੇ ਅੱਜ ਸਾਡਾ ਵੇਖੋ ਕੋਈ ਵੀ ਇਹ ਨਹੀਂ ਕਰ ਰਿਹਾ ਵੇਖੋ ਜਨਾਬ ਇਹ ਸਾਡਾ ਰਕਬਾ ਹੈ ਸਾਰਾ ਨੁਕਸਾਨ ਹੋ ਰਿਹਾ ਹੈ ਕੱਲ ਨੂੰ ਸਾਡਾ ਕੌਣ ਜ਼ਿੰਮੇਵਾਰ ਹੋਵੇਗਾ ਇਹ ਖੁਦਾ ਹੀ ਹੈ ਜੋ ਸਾਡਾ ਲਈ ਵਧਾ ਸਾਨੂੰ